ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9th ਕਲਾਸ ਦੀ ਮੈਥ ਦੀ ਬੁੱਕ ਦਾ ਚੈਪਟਰ ਨੰਬਰ 2 ਪੋਲੀਨੋਮੀਅਲਸ ਐਕਸਰਸਾਈਜ਼ 2.3 ਕੁਐਸਚਨ ਨੰਬਰ 5 ਦਾ ਪਾਰਟ ਨੰਬਰ 1 ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੇ ਬੱਚਿਓ ਅਸੀਂ ਇਸ ਕੁਐਸਚਨ ਨੂੰ 5 ਮੈਥਡਸ ਦੇ ਰਹੀ ਕਰਾਂਗੇ ਸੋ ਤੁਸੀਂ ਸਾਰੇ ਮੈਥਡਸ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਸਾਰੇ ਮੈਥਡਸ ਨੂੰ ਚੰਗੀ ਤਰ੍ਹਾਂ ਸਮਝ ਲਓ ਬਹੁਤ ਹੀ ਇੰਟਰਸਟਿੰਗ ਵੀਡੀਓ ਬਣੇਗਾ ਇਹ ਬੜਾ ਤੇ ਬਾਅਦ ਵਿੱਚੋਂ ਸਾਰੇ ਮੈਥਡਸ ਰਾਹੀਂ ਇਸ ਕੁਐਸਚਨ ਨੂੰ ਪ੍ਰੈਕਟਿਸ ਕਰਨ ਦੀ ਤੁਸੀਂ ਆਪ ਇਹਦੀ ਪ੍ਰੈਕਟਿਸ ਜ਼ਰੂਰ ਕਰਨੀ ਹੈ ਸੌ ਸ਼ੁਰੂ ਕਰੀਏ ਤੇ ਬੱਚਿਓ ਜਿਹੜਾ ਅਸੀਂ ਕਨਸੈਪਟ ਯੂਜ਼ ਕਰਾਂਗੇ ਉਹ ਮੈਂ ਦੁਬਾਰਾ ਦੁਹਰਾ ਦਵਾਂ ਕਿ ਇਫ ਪੀ ਐਕਸ ਇਜ਼ ਅ ਪੋਲੀਨੋਮੀਅਲ ਆਫ ਡਿਗਰੀ ਐਂਡ ਗ੍ਰੇਟਰ ਥੈਨ অর ਇਕੁਅਲ ਟੂ 1 ਐਂਡ a ਇਜ਼ ਐਨੀ ਰੀਅਲ ਨੰਬਰ ਐਂਡ ਪੀ a 0 ਦੈਨ x a ਇਜ਼ ਅ ਫੈਕਟਰ ਆਫ ਪੀ ਐਕਸ ਐਂਡ अगर जगह माइनस ए हो जाए पी एक्स इज अ पॉलीनोम एंड पी माइनस एज इक्वल टू जीरो दैन एक्स प्लस ए इज अ फैक्टर ऑफ पी एक्स अगर पी ए इज टू जीरो दैन एक्स माइनस ए इज अ फैक्टर ऑफ पी एक्स इफ पी माइनस एक्ल टू जीरो दैन एक्स प्लस ए इज अ फैक्टर ऑफ पी एक्स सो इसी प्रिंसीपल यूज करा आओ देखिए अगे वधन तो पहले मैं प्यारे विद्यार्थी तुम्हें तो रिमाइंड करा दूँगा कि इसी चैनल उत्तर नाइनथ कलासाल जुड़िया कुछ होर प्लेलिस्ट भी है तो जरूर देखो एक है कि नाइनथ मैथ नोट्स फिर एक हैगी नाइनथ साइंस एक हैगी नाइनथ इंग्लिश एम सी बी एक हैगी नाइनथ इंग्लिश लिटरेचर एक हैगी नाइनथ इंग्लिश ग्रैमर नाइंथ ग्रैमर फिर एक है नॉमी गणित पाबी मीडियम फिर एक है मैथ कॉन्सैप्ट एक हैगी गणित सिद्धांत एक हैगी मैथ शॉर्टकट्स एंड ट्रिक्स ਸੋ ਦੇਖਿਓ ਬੱਚੋ ਸਵਾਲ ਹੈ ਬੜਾ ਉਹਨ ਕਹਿੰਦੇ ਪਾਰਟ 1 ਹੈ ਕਹਿੰਦੇ ਕੀ x³ 2x² x 2 ਹੁਣ ਬੱਚੋ ਇਹ ਕੁਐਸਚਨ ਬੜਾ ਸਿੰਪਲ ਦੇ ਬੇਸਿਕ ਜਿਹਾ ਹੈ ਤੇ ਇਹਨੂੰ ਕੋਈ ਮਤਲਬ ਕਿ ਅਸੀਂ ਸਟ੍ਰੇਟ ਵੇ ਫੈਕਟਰਾਇਜ਼ੇਸ਼ਨ ਕਰ ਸਕਦੇ ਹਾਂ ਤੇ ਅਸੀਂ ਧਿਆਨ ਕਿਸਵਾਲ ਦੇਣਾ ਅਸੀਂ ਸਾਰੀ ਟਰਮਸ ਨੂੰ ਲਖਣਾ ਹੈ ਇਹ ਦੇਖੋ ਇੱਥੇ ਇਹਦਾ ਕੋਫੀਸ਼ੀਐਂਟ 1 ਹੈਗਾ ਇੱਥੇ -2 ਹੈਗਾ ਠੀਕ ਹੈ ਇੱਥੇ ਕੋਫੀਸ਼ੀਐਂਟ -1 ਹੈਗਾ ਇੱਥੇ +2 ਹੈਗਾ ਇਟ ਮੀਨਸ ਇੱਕ ਪਲਸ ਇੱਕ ਮਾਈਨਸ ਇਥੇ ਇੱਕ ਮਾਈਨਸ ਇੱਕ ਪਲੱਸ ਇੱਕ ਪਲੱਸ ਤੇਵਰੀ ਤੇ 1 ਤੇ 2 ਇਥੇ ਵੀ 1 ਤੇ ਇਥੇ 2 ਇਹਦਾ ਮਤਲਬ ਇਹ ਹੋਇਆ ਕਿ ਮੈਂ ਬਿਨਾ ਕੁਝ ਕੀਤੇ ਬਿਨਾ ਉਹ ਹਿੱਟ ਐਂਡ ਟ੍ਰਾਇਲ ਮੈਥਡ ਯੂਜ਼ ਕੀਤੇ ਬਿਨਾ ਫੈਕਟਰ ਥਿਊਰਮ ਯੂਜ਼ ਕੀਤੇ ਮੈਂ ਇਹਨੂੰ ਕਰ ਸਕਦਾ ਸੋ ਮੈਨੂੰ ਲਿਖ ਲਿਆ ਇਦਾਂ ਸੋ ਮੈਂ ਕੀ ਕੀਤਾ ਇਹ ਦੋਨੋਂ ਟਰਮਸ ਲਈਆਂ ਮੈਂ ਤੇ ਇਹਦੇ ਵਿੱਚ ਮੈਂ ਦੇਖਿਆ ਬੱਚਿਓ x² ਕਾਮਨ ਹੈਗਾ ਸੋ x² ਕਾਮਨ ਲੈ ਲਿਆ ਬ੍ਰੈਕਟ ਪਾਇਆ ਤੇ ਇਥੇ ਕੱਲਾ x ਰਹਿ ਗਿਆ ਤੇ ਇਥੇ ਕੱਲਾ 2 ਰਹਿ ਗਿਆ ਸੋ x 2 ਮਾਈਨਸ ਕਾਮਨ ਲਿਆ ब्रैकेट पाया इतने एक्स हो गया तो इतने प्लस द माइनस हो गया तो ब्रैकेट क्लोज। हूँ देखो बच्चे एक्स माइनस टू कॉमन एक्स माइनस टू कॉमन सो एक्स माइनस टू कॉमन बार लिया ब्रैकेट पाया एक्स स्क्र माइनस इतने कला वन रह गया क्योंकि एक्स माइनस टू पूरा चुकया गया सो माइनस वन हूँ बच्चों देखो मैं एक्स स्क्र माइनस वन लिख सद एक्स स्कर माइनस वन स्कयर तो मैं एवली आइडेंटिटी यूज एम माइनस एन इज एम माइनस एन into m plus m so my x minus 2 the x square minus square, x 1 square ho gaya x minus 1 the x plus 1 te eh te bacho bada hi basic ya bada hi asaan ya question siga so ehde naal twadi familiarization vadegi nale twadi haali haali stage stage progress hoegi ki ya cubic equations nu no kivein factorize karna hai hun bacho isi question nu no, assi dusre tareeke naal karde haan usi tarah glance terms nu no adjust karke main ki kita hun bacho dekho eh original hai ga पर मैं मैंता माइनस एक्सन इत माइनस टू एक्सन इतना देखो वन माइनस एक प्लस सैन है एक माइनस साइन हैगा एक माइनस सैन हैगा एक प्लस साइन हैगा इतने वन वन टू टू हूँ इस तरह भी कर सकते हैं देखो हूँ एक्स क्यूब हैगा तो एक्स हैगा सो so मैं एक्स बहार लिया ये एक्स कॉमन हैगा इतने कला एक्स क्यूब एक एक्स बहार आ गया तो एक्स स्क्र माइनस वन कहना ब्रैकेट कलोज ਸੋ ਇੱਥੇ ਕੀ ਕਾਮਨ ਹੈ ਬੱਚਿਓ 2 ਕਾਮਨ ਹੈ ਸੋ -2 ਬਾਹਰ ਲੈ ਲਿਆ ਬ੍ਰੈਕਟ x² ਤੇ ਦਾ -1 ਕਿਉਂਕਿ ਬਾਹਰ ਮਾਈਨਸ ਕਾਮਨ ਹੈਗਾ ਸੋ ਇਹਨੂੰ ਬ੍ਰੈਕਟ ক্লোਜ਼ ਹੁਣ ਬੱਚਿਓ x² 1 ਤੇ x² 1 ਕਾਮਨ ਆ ਗਿਆ ਸੋ ਮੈਂ ਕੀ ਕੀਤਾ x² 1 ਬਾਹਰ ਕਾਮਨ ਲਿਆ ਬ੍ਰੈਕਟ ਪਾ ਗਏ ਇੱਥੇ x ਤੇ ਇੱਥੇ -2 ਠੀਕ ਹੈ ਹੁਣ ਫਿਰ x² 1 ਨੂੰ ਮੈਂ ਲਿਖ ਸਕਦਾ x² 1² ਤੇ ਬੱਚਿਓ x² 1² ਹੋ ਜਾਏਗਾ x, 1, bachyo, x, 1, square, x 1 x 1 ਤੇ x 2 ਹੈ ਮੇਰਾ ਆ ਗਿਆ ਅਨਸਰ ਥੀਜ਼ ਆਰ ਦੀ 3 ਫੈਕਟਰਸ ਆਫ ਦੀ ਕਯੂਬਿਕ ਇਕੁਏਸ਼ਨ ਹੁਣ ਦੇਖੀਏ ਅਗਲਾ ਮੈਥਡ ਥਰਡ ਮੈਥਡ ਹੁਣ ਬੱਚਿਓ ਦੇਖੋ ਹਿਟ ਐਂਡ ਟ੍ਰਾਇਲ ਮੈਥ ਇਸ ਦੇ ਵਿੱਚ ਕੀ ਕਰੀਦਾ ਕਿਉਂਕਿ ਹਰ ਵਾਰੀ ਕਈ ਵਾਰ ਅਸੀਂ ਸਟ੍ਰੇਟ ਵੇ ਫੈਕਟਰਸ ਨਹੀਂ ਕਰ ਸਕਦੇ ਜਿਸ ਤਰ੍ਹਾਂ ਅਸੀਂ ਹੁਣੀ ਫਸਟ ਐਂਡ ਸੈਕੰਡ ਮੈਥਡ ਵਿੱਚ ਕੀਤਾ ਕਈ ਵਾਰ ਇਸ ਤਰ੍ਹਾਂ ਡਿਫਿਕਲਟ ਹੁੰਦਾ ਮੁਸ਼ਕਿਲ ਹੁੰਦਾ ਸੋ ਅਸੀਂ ਕੀ ਕਰਦੇ ਹਾਂ ਕਨਸਟੈਂਟ ਟਰਮ ਲੈਣਿਆ ਜੇ ਕਨਸਟੈਂਟ ਟਰਮ 2 ਹੈਗੀ ਹੈ ਸੋ ਫੈਕਟਰਸ ਆਫ 2 ਪਲੱਸ অর ਮਾਈਨਸ ਸਾਈਨ ਦੇ ਨਾਲ ਲਿਖ ਲੈ ਪਲੱਸ ਮਾਈਨਸ 1 प्लस माइनस टू तो वी स्टार्ट विद वन पहले असं वन वैल्यू पावे पी वन करा पुटिंग एक्स इक्वल टू वन अगर जीरो आ जाए तो जिमें स्टार्टिंग से दसिया आलवेज रिमैम्बर इफ़ वन इज अ फैक्टर इफ़ वन देरो आता है तो एक्स माइनस वन इज़ अ फैक्टर पहले वन ट्राई करा फिर माइनस वन ट्राई करा फिर प्लस टू ट्रई करा फिर माइनस टू ट्रई करा पर कई बार फस्ट ट्रायल में ही साढ़ा जीरो आ जाए जिम्मे इसे होगा देखो पुटिंग एक्स इज इक्वल टू वन इन पी एक्स सो वन वन क्यूब माइनस टू वन स्क्वायर माइनस वन प्लस टू स्वैब हो गया वन क्यूब द वन वन स्क्वायर द वन अंदर वन इंटू टू टू माइनस टू ठीक है सो प्लस अपना सॉरी वन फिर इत माइनस टू फिर माइनस वन तो प्लस टू सो प्लस वन तो माइनस वन कट गया माइनस टू तो प्लस टू कट गया ठीक है सो यह सारे कट गए थे सड़कों की रह गया बचो जीरो रह गया सोए so, ए प्लस टू कट गया इस माइनस टू के न ਐਪਲ ਐ ਮਾਈਨਸ 1 ਕੱਟ ਗਿਆ ਇਸ ਪਲੱਸ 1 ਦੇ ਨਾਲ ਠੀਕ ਹੈ ਜੀ ਤੇ ਹੁਣ ਸਾਡੇ ਕੋਲ ਕੀ ਬਚਿਆ ਬਚਿਆ ਜ਼ੀਰੋ ਆ ਗਿਆ ਅਗਰ ਐ ਜ਼ੀਰੋ ਆ ਜਾਏ ਤੇ ਇਹਦਾ ਮਤਲਬ ਕੀ ਹੋਇਆ ਕਿ x 1 ਹੈ ਨਾ 1 ਪਾਇਸੀ ਸੋ ਇਟ ਮੀਨਸ x 1 ਇਜ਼ ਅ ਫੈਕਟਰ ਆਫ px ਮਲੇ ਇਸ ਕਯੂਬਿਕ ਇਕੁਏਸ਼ਨ ਦਾ x 1 ਇੱਕ ਫੈਕਟਰ ਹੈ ਸੋ ਬੱਚਿਓ ਹੁਣ ਮੈਂ ਇਹਨੂੰ ਇੱਦਾਂ ਐਡਜਸਟ ਕਰਾਂਗਾ ਮੈਂ ਕੀ ਕੀਤਾ x³ ਤੇ ਮੈਂ ਜਿਹੜਾ ਸੀਗਾ ਨਾ -2x² ਨੂੰ ਮੈਂ -x² x² ਲਿਖ ਲਿਆ ਤੇ -x ਨੂੰ ਮੈਂ +x ਤੇ -2x ਲਿਖ ਲਿਆ ਐ ਦੂਜੀ ਤਾਂ ਦੇਖੋਗੇ ਕਿ x 1 ਹਰ ਜਗ੍ਹਾ ਕਾਮਨ ਆ ਜਾਏਗਾ ਇਹ ਕਿਹੜੀ ਤਰੀਕਾ ਹੈ ਅਸੀਂ ਕਰ ਸਕਦੇ ਹਾਂ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਹਰ ਵੈਰਾਈਟੀ ਹਰ ਪੱਖੋਂ ਹਰ ਡਾਇਰੈਕਸ਼ਨ ਤੋਂ ਸੋਚਣ ਦਾ ਤੁਹਾਨੂੰ ਆਦਤ ਪਵੇ ਸੋ ਮੈਂ ਲੈ ਲਿਆ ਬੱਚਿਓ x² ਬ੍ਰੈਕਟ ਪਾ ਕੇ x 1 ਇਹ ਥੋੜਾ ਮੈਥਡ ਬੱਚਿਓ ਪ੍ਰੈਕਟਿਸ ਦੇ ਨਾਲ ਆਏਗਾ ਠੀਕ ਹੈ ਫਿਰ ਇੱਥੇ ਮੈਂ x ਕਾਮਨ ਲਿਆ ਫਿਰ ਇੱਥੇ x 1 ਕਾਮਨ ਆ ਗਿਆ ਤੇ ਇੱਥੇ x ਇੱਥੇ ਵੀ x ਪਾਵਰ ਇਸਮਨ ਆ ਗਿਆ ਇੱਥੇ ਵੀ ਮਨਾ ਇੱਥੇ -2 ਕਾਮਨ ਲਿਆ ਤੇ ਇੱਥੇ x 1 ਆ ਗਿਆ उन बच्चा देखो तीन जगह कॉमन आ गया एक दो तीन सो एक्स माइनस वन कॉमन लिया ब्रैकेट पाया एक्स स्क्र फिर माइनस एक्स तो माइनस टू हूँ बच्चा देखो एक यह फैक्टर बन गया लीनियर पोलीनोमियल हो गया तो क्वाड्रेटिक इक्वेशन बन गया हूँ माइनस टू है ना बचे और माइनस टू का प्रोडक्ट मतलब साढ़े को माइनस टू आना चाहिए तो इतने so, मैं माइनस वन चाहिए सो मैं कि देखा कि माइनस टू इन वन माइनस टू इन वन इज माइनस टू तो माइनस टू प्लस वन इज माइनस वन सो एक्सुअर माइनस एक्स माइनस टू मैं लिख लिया एक्स स्क्र माइनस टू एक्स प्लस एक्स माइनस टू ठीक है सो एक्स माइनस वन इस तरह ही लिखा हूँ इन मैं एडजस्ट किया तो इतने कॉमन लिया एक्स एक्स माइनस टू प्लस इतने एक्स माइनस टूटा एक्स माइनस टू ठीक है फिर एक्स माइनस वन फिर एक्स माइनस टू एक्स माइनस टू जग कॉमन लिया एक्स माइनस टू ब्रैकेट पाया फिर एक्स तो प्लस वन लो जी एक्स माइनस वन कर देता पहले सब तो छोटा फैक्टर लिख लिया एक्स माइनस टू फिर x 1 ਤੇ x 1 ਸੇਮ ਅਨਸਰ ਆਇਆ ਸੋ ਇਸ ਤਰ੍ਹਾਂ ਵੀ ਬੱਚੇ ਉਹ ਇਹ ਕਰ ਸਕਦੇ ਆ ਇਹ ਥੋੜਾ ਮਤਲਬ ਕਿ ਹਲਕਾ ਡਿਫਿਕਲਟ ਹੈ ਪਰ ਕਿਤੇ ਕਿਤੇ ਤੁਹਾਨੂੰ ਕੋਈ ਐ ਹੋਜੀ ਕੁਵੀਕ ਕੁਸ਼ਨ ਆਏਗੀ ਨਾਲੇ ਬੱਚੇ ਅੱਗੇ ਜਾ ਕੇ ਤੁਹਾਨੂੰ ਇਹ ਜਿਹੜੇ ਮੈਥਡ ਹੈ ਇਹ ਬਹੁਤ ਕੰਮ ਆਏਗਾ ਇਹਦੀ ਜ਼ਰੂਰ ਪ੍ਰੈਕਟਿਸ ਉਸੇ ਕਰਨਾ ਕਿ ਐ ਕਿਸ ਤਰ੍ਹਾਂ ਕਰਨਾ ਠੀਕ ਹੈ ਅੱਗੇ ਚਲੀਏ ਹੁਣ फोर्थ ਮੈਥਡ फोर्थ ਮੈਥਡ ਬੱਚੋ ਇਸੇ ਤਰ੍ਹਾਂ ਹੈ ਜੋ ਪਹਿਲਾ ਪਾਰਟ ਅਸੀਂ ਕੀਤਾ ਹੈ ਦੇਖੋ x 1 ਇਜ਼ ਅ ਫੈਕਟਰ ਆਫ px ਹੁਣ ਅਸੀਂ ਕੀ ਕਰਾਂਗੇ x 1 ਨੂੰ 1 ਦੇ ਨਾਲ एनु डिवाइड करवा क्योंकि फैक्टर है ना फैक्टर के फैक्टर डिविजर डिविडेंट कंप्लीटली परफेक्टली सो so ए जो एक्स पॉइंट वन है एक्स माइनस वन है एनू पूरा पूरा डिवाइड कर देगा जल्द डिवाइड करा तो सा रिमेंडर जीरो आएगा हूँ अगली स्लाइड असी नाउ डिवाइडिंग पीएक्स बाय एक्स माइनस वन वी गैट कर सो इतना फिर लिख दता नाउ डिवाइडिंग पी एक्स बाय एक्स माइनस वन सो अरह लिखा जिंदा डिवाइड का निशान होना चाहिए एक्स क्यूब माइनस टू एक्स स्क् माइनस एक्स प्लस टू तो इतने लिखा एक्स माइनस वन सो बचे हम सू एक्स्यूब चाहिए सो मैं पहले एक्स स्क्र गुणा किया क्योंकि एक्स स््यर मल्टीप्लाई करा तो ही एक्स आएगा सो so इत आ गया एक्स क्यूब तो माइनस वन इंटू एक्स स्र माइनस एक्स स्क्र एक्स क्यूब क्यूब कट गया ए प्लस हो गया सो माइनस टू एक्स स््यरों माइनस एक्स स्क्र जया तो आ गया माइनस एक्स स्क्र ठीक है माइनस एक्स थले लिया ਹੁਣ ਮੈਨੂੰ ਚਾਹੀਦਾ ਹੈ ਮਾਈਨਸ ਐਕਸ ਸਕੁਅਰ ਐ ਐਕਸ ਅੱਗੇ ਤੇ ਐਕਸ ਦੇ ਨਾਲ ਜਿਹੜੇ ਮਾਈਨਸ ਐਕਸ ਨੂੰ ਮਲਟੀਪਲਾਈ ਕਰਾਂਗੇ ਤੇ ਮੈਨੂੰ ਮਾਈਨਸ ਐਕਸ ਸਕੁਅਰ ਮਿਲੇਗਾ ਸੋ ਮਾਈਨਸ ਐਕਸ ਇੰਟੂ ਐਕਸ ਮਾਈਨਸ ਐਕਸ ਸਕੁਅਰ ਤੇ ਮਾਈਨਸ ਐਕਸ ਇੰਟੂ ਮਾਈਨਸ 1 ਪਲੱਸ ਐਕਸ ਹੋ ਜਾਏਗਾ ਸੋ ਐਕਸ ਸਕੁਅਰ ਦੇ ਨਾਲ ਐਕਸ ਸਕੁਅਰ ਕੱਟ ਗਿਆ ਤੇ ਮਾਈਨਸ ਐਕਸ ਤੇ ਮਾਈਨਸ ਐਕਸ ਮਾਈਨਸ ਐਕਸ ਵਿੱਚ ਜੋ ਮਾਈਨਸ ਐਕਸ ਗਿਆ ਕਿੰਨਾ ਹੋ ਗਿਆ ਮਾਈਨਸ 2 ਐਕਸ ਤੇ ਪਲੱਸ 2 ਐ ਥੱਲੇ ਉਤਾਰ ਲਿਆ ਹੁਣ ਬੱਚਿਓ ਮੈਨੂੰ ਮਾਈਨਸ 2 ਐਕਸ ਚਾਹੀਦਾ ਹੈ ਸੋ ਮੈਂ x ਨੂੰ -2 ਦੇ ਨਾਲ ਮਲਟੀਪਲਾਈ ਕਰਾਂਗਾ ਤੇ ਮੈਨੂੰ -2x ਮਿਲੇਗਾ ਸੋ -2x 2 1 -2 2 ਹੋ ਗਿਆ ਤੇ ਥੱਲੇ 0 ਆ ਗਿਆ ਸੋ ਬੱਚਿਆ ਪੂਰੀ ਤਰ੍ਹਾਂ ਡਿਵਾਈਡ ਕਰਤਾ ਇਹਨੇ ਰਿਮੇਨਡਰ ਸਾਡਾ 0 ਆ ਗਿਆ ਹੁਣ ਇਹਦਾ ਮਤਲਬ ਕੀ ਹੋਇਆ ਕਿ ਇਹ ਜਿਹੜਾ ਪ੍ਰੋਡਕਟ ਇਹ ਜਿਹੜਾ ਕਯੂਬਿਕ ਪੋਲੀਨੋਮੀਅਲ ਹੈਗਾ ਇਟ ਇਜ਼ ਦੀ ਪ੍ਰੋਡਕਟ ਆਫ ðiਸ ਟੂ ਸੋ ਇਹਨੂੰ ਅਸੀਂ ਇਦਾਂ ਲਿਖਿਆ ਨਾ ਡਿਵਾਈਡਿੰਗ ðiਸ ਇਹਨੂੰ ਇਸ ਤਰ੍ਹਾਂ ਕਰਕੇ ਡਿਵਾਈਡ x 1 ਟੂ ਸਾਡੇ ਕੋਲ ਇਹ ਆਨਸਰ ਆ ਗਿਆ ਕੁਸ਼ੀਐਂਟ ਆ ਗਿਆ ਠੀਕ ਹੈ और यहाँ मतलब की है पी एक्स इज इक्वल टू जरा है यह दोडक्ट के बराबर है यह दोोडक्ट के बराबर है एक्स माइनस वन इंटू एक्स स्क्र माइनस एक्स माइनस टू हम देखो बच्चे सेम चीज़ आ गई ए फिर बन गया क्वाडरेटिक पोलीनोमीअल बन गया ठीक है क्वाडरेटिकल पोलीनोमल बन गया तो ये असी की करा यह माइनस टू हैगा तो इतने माइनस वन है सो माइनस टू इंटू वन इज इक्वल टू माइनस टू एंड माइनस टू प्लस वन इज इक्वल टू माइनस वन सो एक्सयर माइनस टू एक्स प्लस वन लिखा माइनस एक्सन माइनस टू एक्स प्लस एक्स माइनस टू एमें इतने ज़्यादा डिटेल्स नहीं आ रहा क्योंकि यह चीज़ा पहले बड़े डिटेल में कर चुकेटी की क्वेस नीस तरह सोल्व करिएगा ठीक है सो एक्स माइनस वन इधर आ गया सो इत एक्स कॉमन आया एक्स माइनस टू प्लस वन फिर एक्स माइनस टू हूँ बच्चे एक्स माइनस टू एक्स माइनस टू कॉमन इतने आ गया बार ब्रैकेट पाया तो इतने प्लस वन ਤੇ x 1 ਤੇ ਚੱਲਦਾ ਆ ਰਿਹਾ ਥੱਲੇ ਸွေ ਬਣ ਕੇ ਸਾਡੇ x 2 x 1 ਤੇ x 1 ਐਸ ਸਾਡੇ ਬਣ ਗਏ ਫੈਕਟਰ ਹੁ ਆ ਦੇਖਿਓ ਨਗਲਾ ਮੈਥਡ ਹੁਣ ਬੱਚਿਓ ਲਾਸਟ ਮੈਥਡ ਹੈਗਾ ਪਰ ਇਹ ਬੱਚਿਓ ਇਹ ਐਗਜ਼ਾਮੀਨੇਸ਼ਨ ਪੇਪਰ ਵਿੱਚ ਰਿਟਰਨ ਪੇਪਰ ਵਿੱਚ ਕਰਨ ਲਈ ਨਹੀਂ ਹੈਗਾ ਤੇ ਨਾ ਹੀ ਤੁਹਾਡੇ ਹੋਮਵਰਕ ਦੀ ਨੋਟਬੁੱਕ ਵਿੱਚ ਕਰਨ ਲਈ ਹੈਗਾ ਇਹ ਹੈਗਾ ਤੁਹਾਡੀ ਜਾਣਕਾਰੀ ਲਈ ਓਨਲੀ ਫॉर ਵੈਰੀਫਿਕੇਸ਼ਨ ਚੈੱਕ ਕਰਨ ਲਈ ਤੇ ਮਲਟੀਪਲ ਚੁਆਇਸ ਕੁਐਸਚਨ ਜਿੱਥੇ ਤੁਸੀਂ ਸੋਲੂਸ਼ਨ ਕਰਕੇ ਨਹੀਂ ਦਿਖਾਣਾ ਤੁਹਾਡ ਕੋਲ ਮਲਟੀਪਲ ਚੁਆਇਸ ਕੁਐਸਚਨਸ ਆ ਗਏ ਨੇ ਤੇ ਤੁਹਾਡ ਕੋਲ ਟਾਈਮ ਥੋੜਾ ਹੈ ਤੁਸੀਂ ਫਟਾਫਟ ਓਰਲੀ ਕਿਵੇਂ ਪਤਾ ਲਗਾ ਸਕਦੇ ਹੋ ਕਿ ਇਹਦੇ ਫੈਕਟਰ ਕਿਹੜੇ-ਕਿਹੜੇ ਹੋਣਗੇ ਜਾਂ ਫਿਰ ਜਦੋਂ ਤੁਸੀਂ ਕੰਪੀਟੀਸ਼ਨ ਦੇ ਪੇਪਰਾਂ ਲਈ ਜਾਓਗੇ ਉੱਥੇ ਇਦਾਂ ਦੇ ਕੁਐਸਚਨਸ ਆਣਗੇ ਤੇ ਉਹਦਾ ਤਰੀਕਾ ਕੀ ਆ ਉਹ ਦੇਖੀਏ ਮਰਾ ਤਰੀਕਾ ਆ ਬੱਚੋ ਫੈਕਟਰਸ ਆਫ 2 -1 +1 -2 +2 ਹੁਣ ਬੱਚੇ ਚਾਰ ਦੇ ਵਿੱਚੋਂ ਚਾਰ ਫੈਕਟਰ ਆ ਗਏ ਨੇ ਇਹਨਾਂ ਵਿੱਚੋਂ ਤਿੰਨ ਤਿੰਨ ਫੈਕਟਰ ਤੁਸੀਂ ਇਸ ਤਰ੍ਹਾਂ ਚੂਜ਼ ਕਰਨੇ ਨੇ ਕਿ ਉਹਨਾਂ ਦਾ ਜੋ ਪ੍ਰੋਡਕਟ ਹੈਗਾ ਉਹ +2 ਦੇ ਬਰਾਬਰ ਆਵੇ ਤੇ ਉਹਨਾਂ ਦਾ ਸਮ ਜਿਹੜਾ ਹੈਗਾ ਉਹ ਕੋਫੀਸ਼ੀਐਂਟ ਆਫ x² ਦੇ ਬਰਾਬਰ ਆਵੇ ਭਾਵ ਇਹਦਾ ਮਤਲਬ ਕੀ ਜੇ ਉਹਦਾ ਸਮ ਆ ਗਿਆ ਉਹ -2 ਆਉਣਾ ਚਾਹੀਦਾ ਤੇ ਪ੍ਰੋਡਕਟ ਹੈਗਾ ਉਹ 2 ਆਉਣਾ ਚਾਹੀਦਾ ਬੱਚੇ ਪ੍ਰੈਕਟਿਸ ਨਾ ਹੋ ਜਾਏਗਾ ਹੁਣ ਤੁਸੀਂ ਜਿਲੇ ਦੇ ਜਿਲੇ ਚਾਰ ਵਿੱਚੋਂ ਤਿੰਨ ਚੁਣੇ ਤੇ ਮੈਂ ਦੇਖਿਆ ਬੰਦਾ ਹੈ -1 1 -2 ਸੋ -2 -1 ਕਿੰਨਾ ਹੋ ਗਿਆ +2 ਤੇ +2 1 ਕਿੰਨਾ ਹੋ ਗਿਆ 2 ਕਨਸਟੈਂਟ ਟਰਮ ਇੱਥੇ ਆ ਗਿਆ ਹੁਣ माइनस वन प्लस वन प्लस माइनस टू सो माइनस वन प्लस वन कट गया जीरो बचिया माइनस टू सो माइनस टू कोफिशियंट ऑफ माइनस ए कोफिशियंट ऑफ एक्सक्यू बिल्कुल ठीक है सो बचो एना इस तरह करना है सो साइ के आगे फैक्टर से चूज किए माइनस वन वन माइनस टू तेन ऐसा लिख ल्रैकेट पा के मायनस वन प्लस वन मायनस टू ऐसा लिख लेना यह अगर इदा है. ए, ए, तो नहीं करना सिर्फ जबानी हो जाएगा ਇਫਰ ਕੀ ਲਿਖਣਾ ਇੱਥੇ x ਲਿਖ ਦੇਣਾ ਇੱਥੇ x ਲਿਖ ਦੇਣਾ ਇੱਥੇ x ਲਿਖ ਦੇਣਾ ਸੋ ਸਾਡਾ ਆਨਸਰ ਆ ਗਿਆ x 1 x 1 x 2 x 2 ਇਹਦਾ ਅਰੇਂਜ ਕਰ ਲਿਆ x 2 x 1 x 1 ਤਿੰਨਾ ਸੌਖਾ ਹੈ ਓਰਲੀ ਕਰ ਸਕਦੇ ਆ ਪਰ ਇਹ ਹਰ ਜਗ੍ਹਾ ਮੁਮਕਿਨ ਨਹੀਂ ਹੁੰਦਾ ਪਰ ਬੱਚਿਓ ਜਦੋਂ ਤੁਸੀਂ ਕੰਪੀਟੀਸ਼ਨ ਦੇ ਪੇਪਰਾਂ ਵਿੱਚ ਜਾਓਗੇ ਤੇ ਫਟਾਫਟ ਜੇ ਤੁਸੀਂ ਓਰਲੀ ਚੈੱਕ ਕਰਨਾ ਵੀ ਫਟਾਫਟ ਪਤਾ ਲਗਾਉਣਾ ਕਿ ਕਿਹੜੇ ਇਹਦੇ ਫੈਕਟਰਸ ਹੈਗੇ ਨੇ ਤੇ ਤੁਸੀਂ ਬੜੀ ਆਸਾਨੀ ਦੇ ਨਾਲ ਇਸ ਤਰ੍ਹਾਂ ਹੈ ਕਰ ਸਕਦੇ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਐਕਸਰਸਾਈਜ਼ ਦਾ ਕੁਸਚਨ ਨੰਬਰ 5 ਦਾ ਪਾਰਟ 1 ਇਹਦੇ ਐਕਸਰਸਾਈਜ਼ ਦਾ ਪਾਰਟ 4 ਹੈਗੇ ਨੇ ਤੇ ਅਸੀਂ ਹਰ ਇੱਕ ਪਾਰਟ ਨੂੰ ਇੱਕ ਇੱਕ ਕਰਕੇ ਕਰਾਂਗੇ ਤੇ ਇੱਕ ਤੋਂ ਵੱਧ ਮੈਥਡਸ ਦੇ ਨਾਲ ਅਸੀਂ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ